ਮੈਂ ਵੇਸਲਾ 'ਤੇ ਵੀ ਇੱਕ ਗਾਣਾ ਲਿਖਿਆ ਹੋਇਆ, ਮੈਂ ਅਲੱਗ ਅਲੱਗ ਵੰਨਗੀਆਂ 'ਚ ਲਿਖਦਾ। ਮੇਨ ਇੱਕ ਕੋਈ ਇਹੋ ਜਿਹਾ ਪਹਿਲੂ ਨਹੀਂ ਜਿਹੜਾ ਮਾਨ ਸਾਹਿਬ ਤੁਸੀਂ ਛੋਇਆ ਨਾ ਹੋਵੇ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਬੱਬੂ ਮਾਨ ਦੇ ਇੱਕ ਹੋਰ ਇੰਟਰਵਿਊ ਆਈ ਹੈ ਆਸਟ੍ਰੇਲੀਆ ਤੋਂ, ਜੋ ਪਹਿਲੀ ਵੀਡੀਓ ਅਸੀਂ ਵੇਖੀ ਸੀ ਇੰਟਰਵਿਊ ਆ, ਉਹ ਕਟਿੰਗ ਵਾਲੇ ਵੀਰ ਨੇ ਲਈ ਸੀ ਇੰਟਰਵਿਊ, ਅਤੇ ਇਹਦੇ ਵਿੱਚ ਸਰਦਾਰ ਸਾਹਿਬ ਨੇ। ਆਓ ਚੈੱਕ ਕਰਦੇ ਹਾਂ ਕਿਵੇਂ ਦੀ ਇੰਟਰਵਿਊ ਹੋਣਾ ਕਰਦੀ ਹੈ ਅਤੇ ਕੀ ਗੱਲਬਾਤ ਹੋਣਾ ਕਰਦੀ ਹੈ, ਆਓ ਦੇਖਣਾ ਕਰੀਏ, ਕਿਉਂਕਿ ਇੰਟਰਵਿਊ ਬਹੁਤ ਹੋ ਰਹੀਆਂ ਨੇ ਮੈਲਬੋਰਨ ਦੇ ਵਿੱਚ ਮਾਨ ਸਾਹਿਬ ਦੀ। ਇੰਡੋ ਓਜ਼ੀ ਰਾਬਤਾ ਆਸਟ੍ਰੇਲੀਆ ਚੈਨਲ ਦੇਖਣ ਵਾਲੇ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਇੰਡੋ ਓਜ਼ੀ ਅੱਜ ਸਾਡੇ ਨਾਲ ਜੋ ਸ਼ਖਸੀਅਤ ਮੌਜੂਦ ਨੇ, ਕਹਿੰਦੇ ਨੇ ਕਈ ਵਾਰੀ ਪਛਾਣ ਨੂੰ ਵੀ ਪਛਾਣ ਦੀ ਮੁਹਤਾਜ ਹੋ ਸਕਦੀ ਹੈ ਪਛਾਣ ਵੀ, ਪਰ ਜਿਹੜੀ ਇਹ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਇਹਨਾਂ ਨੂੰ ਕਿਸੇ ਵੀ ਪਛਾਣ ਦੀ ਮੁਹਤਾਜ ਨਹੀਂ ਨੇ। ਦੇਸ਼ਾਂ ਵਿਦੇਸ਼ਾਂ ਵਿੱਚ, ਚਾਹੇ ਹੋਲੀਵੁੱਡ ਹੋਵੇ, ਬੋਲੀਵੁੱਡ ਹੋਵੇ, ਪੋਲੀਵੁੱਡ ਹੋਵੇ, ਟੋਲੀਵੁੱਡ ਹੋਵੇ, ਕਿਹੜਾ ਵੁੱਡ ਹੈ ਜਿਹੜਾ ਜਿੱਥੇ ਇਹਨਾਂ ਦਾ ਨਾਂ ਨਹੀਂ ਬੋਲਦਾ। ਸੋ ਸਾਡੀ ਇਮਰਾਤ ਅੱਜ ਬੱਬੂ ਮਾਨ ਸਾਹਿਬ ਨਾਲ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਧੰਨਵਾਦ। ਇੰਨੀ ਪੋਜ਼ਿਟਿਵਿਟੀ ਮਾਨ ਸਾਹਿਬ, ਤੁਹਾਡਾ ਇੰਨਾ ਓਰਾ ਜਿਹੜਾ ਇੰਨਾ ਪੋਜ਼ਿਟਿਵ ਆ, ਇੰਨੇ ਰਿਲੈਕਸ, ਇੰਨੇ ਕੂਲ ਮਾਈਂਡ, ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਇਹ ਸਭ? ਇੰਨਾ ਇੰਨਾ ਕਈ ਵਾਰੀ ਪ੍ਰੈਸ਼ਰ ਹੁੰਦਾ ਤੁਹਾਡੇ ਤੇ, ਕਈ ਵਾਰੀ ਉਧਰੋਂ ਸਪੌਂਸਰਾਂ ਦਾ, ਕਈ ਵਾਰੀ ਸ਼ੋਜ਼ ਕਰਨੇ, ਫਲਾਈਟ ਤੇ ਸਫ਼ਰ ਕਰਨਾ, ਸੋ ਕਿੱਦਾਂ ਮੈਨੇਜ ਕਰਦੇ ਹੋ? ਦੇਖੋ, ਵੈਸੇ ਤਾਂ ਜ਼ਿੰਦਗੀ ਸਫ਼ਰ ਹੈ, ਸਫ਼ਰ 'ਚ ਫਿਰ ਇੱਕ ਅਲੱਗ ਤਰ੍ਹਾਂ ਦਾ ਸਫ਼ਰ ਹੈ। ਉਹ ਸਫ਼ਰ 'ਚ ਵੀ ਸਫ਼ਰ ਵੀ ਜੇ ਕਰੋਗੇ ਤਾਂ ਉਹ ਮਾਣੇ ਨਹੀਂ ਰੱਖਦਾ, ਕਿਉਂਕਿ ਸਫ਼ਰ ਨੇ ਜਾਰੀ ਰਹਿਣਾ। ਬਿਲਕੁਲ ਜੀ, ਬਿਲਕੁਲ। ਹੱਸ ਕੇ ਕੱਢੋਗੇ ਤਾਂ ਵੀ, ਰੋ ਕੇ ਕੱਢੋਗੇ ਤਾਂ ਵੀ, ਤੁਰਨਾ ਸਫ਼ਰ ਨੇ, ਸਫ਼ਰ ਗੁਜ਼ਰੀ ਜਾਣਾ। ਮਾਨ ਸਾਹਿਬ ਕਹਿੰਦੇ ਕਿ ਇਹ ਮੇਰਾ ਮੰਨਣਾ ਹੈ ਕਿ ਬੁਰਜ ਖਲੀਫਾ ਦੀ ਉਚਾਈ ਬੜੀ ਵੱਡੀ ਹੈ, ਕਈ ਕਹਿੰਦੇ ਆ ਮਾਊਂਟ ਐਵਰੈਸਟ ਦੀ ਉਚਾਈ ਬੜੀ ਵੱਡੀ ਹੈ, ਪਰ ਮੈਂ ਮੰਨਦਾ ਕਿ ਜਿਹੜੀ ਦਰਸ਼ਕਾਂ ਦੇ ਦਿਲ ਵਿੱਚ ਤੁਸੀਂ ਆਪਣੀ ਛਾਪ ਬਣਾਈ ਨਾ, ਉਸ ਤੋਂ ਵੱਡੀ ਉਚਾਈ ਕੋਈ ਨਹੀਂ ਹੋ ਸਕਦੀ। ਮਾਨ ਸਾਹਿਬ ਬੜਾ ਪਿਆਰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, 20 ਸਾਲ ਪਹਿਲਾਂ ਦੀ ਗੱਲ ਕਰੀਏ ਮਾਨ ਸਾਹਿਬ ਅਤੇ ਹੁਣ ਦੀ ਗੱਲ ਕਰੀਏ, ਤੁਹਾਡਾ ਗੀਤ ਵੱਜਣ ਦੀ ਦੇਰ ਹੁੰਦੀ ਹੈ, ਪੈਰ ਮੱਲੋ ਮੱਲੀ ਨੱਚਣ ਨੂੰ ਕਰ ਪੈਂਦੇ ਆ। ਪੰਜਾਬੀ ਸੰਗੀਤ 'ਚ ਥਰਿੱਲ ਲੈਣੀ ਹੈ, ਮੈਂ ਉਹ ਅੱਖਰ ਗਾ ਲੈਂਦਾ, ਇਹ ਮੇਰੀ ਖੁਸ਼ਕਿਸਮਤੀ ਹੈ, ਮੈਂ ਉਹ ਅੱਖਰ ਚੁਣ ਲਏ। ਥਰਿੱਲ ਤਾਂ ਪੰਜਾਬੀ 'ਚ ਹੈ ਨਾ, ਭਾਸ਼ਾ ਵੱਡੀ ਹੁੰਦੀ ਹੈ, ਕਲਾਕਾਰ ਬਹੁਤ ਛੋਟੇ ਹੁੰਦੇ। ਮਾਨ ਸਾਹਿਬ, ਤੁਹਾਡਾ 20 ਸਾਲਾਂ ਦਾ ਜਿਹੜਾ ਇੱਕ ਤਜਰਬਾ ਆ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਖਾਸ ਕਰਕੇ, ਉਹ ਕਿੱਦਾਂ ਦਾ ਰਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਜੋ ਤੁਸੀਂ ਪਹਿਲਾਂ ਸ਼ੋਅ ਕੀਤਾ? ਚੰਗਾ, ਏਦਾਂ ਹੀ ਸੀ, ਪਿਆਰ ਏਦਾਂ ਹੀ ਮਿਲਦਾ ਕੰਟੀਨਿਊਸਲੀ, ਪਿਆਰ ਸਦਾ ਹੀ ਸਦਾ ਹੀ ਸਦਾ। ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਮਾਨ ਸਾਹਿਬ, ਬਹੁਤ ਵਧੀਆ। ਅਤੇ ਮਾਨ ਸਾਹਿਬ ਇੱਕ ਹੋਰ ਮੈਨੂੰ ਯਾਦ ਆ ਰਿਹਾ, ਤੁਹਾਡਾ ਇੱਕ ਗੀਤ ਆਇਆ ਸੀ ਨਲਵੇ 'ਤੇ, ਅਤੇ ਉਹ 23 ਮਿੰਟ, ਮੇਰੇ ਖਿਆਲ 23 ਕਿ 26 ਮਿੰਟ ਲੰਬਾ ਗੀਤ ਸੀ। ਹਾਂਜੀ ਹਾਂਜੀ, ਦੋ ਪਾਰਟਾਂ ਦੇ ਵਿੱਚ। ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੋਂ ਤੱਕ ਮੇਰਾ ਹੈ ਤਜਰਬਾ ਜਾਂ ਅੰਦਾਜ਼ਾ, ਆਇਆ ਕਿ ਇੰਨਾ ਲੰਬਾ ਅੱਜ ਤੱਕ ਨਹੀਂ ਉਹ ਕਿਸੇ ਨੇ ਰਿਕਾਰਡ ਕੀਤਾ, ਕਿਉਂਕਿ ਸਾਡੇ ਜਿਹੜੇ ਅਮੂਮਨ ਗਾਣੇ ਹੁੰਦੇ ਆ ਉਹ 3 ਜਾਂ 4 ਮਿੰਟਾਂ ਦੇ ਵਿੱਚ ਸਿਮਟ ਜਾਂਦੇ ਆ ਮਾਨ ਸਾਹਿਬ, ਇੰਨੀ 3-4 ਮਿੰਟ ਦੀ ਹੁੰਦੀ ਹੈ। ਇਤਿਹਾਸ ਬਹੁਤ ਵੱਡਾ ਹੁੰਦਾ ਜਦੋਂ ਕਿਸੇ ਕਬੀਲੇ ਦੀ ਪ੍ਰੋੜਤਾ ਕਰਦੇ ਆ ਜਾਂ ਕਿਸੇ ਦੀ ਉਸਤਤ ਕਰਨੀ ਹੁੰਦੀ ਹੈ ਨਾ, 23 ਮਿੰਟ ਵੀ ਥੋੜ੍ਹਾ ਹੈ, ਮੈਂ 20 ਘੰਟੇ ਦੀ ਵੀ ਲਿਖ ਸਕਦਾ, ਤੁਸੀਂ ਸੁਣਨ ਵਾਲੇ ਹੋਣਾ।
ਬਿਲਕੁਲ ਜੀ ਜਿਹੜੇ ਬਿਲਕੁਲ ਵੱਡੇ ਲੋਕ ਆ ਇਹ ਵੱਡੇ ਲੋਕ ਹੁੰਦੇ ਨੇ, ਇਹਨਾਂ ਦੀ ਉਸਤਤ ਕਰਨਾ ਸਾਡਾ ਫਰਜ਼ ਹੈ। ਇਹਨੂੰ ਬਿਲਕੁਲ ਬਿਲਕੁਲ ਇਸ ਫਲਸ ਵਿੱਚ ਨਹੀਂ ਲਿਖਿਆ ਜਾ ਸਕਦਾ ਵੀ ਮੈਂ ਬਸ 3 ਮਿੰਟ ਦਾ ਗਾਣਾ ਬਣਾਇਆ ਤਾਂ ਫਿਰ ਮੈਂ ਇੱਕ ਹੋਰ ਬਣਾਵਾਂ। ਉਸਤਤ ਜਦੋਂ ਹੁੰਦੀ ਹੈ ਉਹ ਨਿਰੰਤਰ ਵਹਿਣ ਹੁੰਦਾ। ਇਹ ਜਿਹੜਾ ਗੀਤ ਹੈ ਨਾ, ਜੇ ਤੁਸੀਂ ਯਕੀਨ ਮੰਨੋ, ਅਸੀਂ ਇੱਦਾਂ ਮਿਊਜ਼ਿਕ ਰਫ ਕੰਪੋਜ਼ ਕਰਕੇ ਨਾ ਇਹ ਮਾਈਕ 'ਤੇ ਗਾਇਆ ਹੋਇਆ, ਇਹ ਸਾਰਾ ਗਾਣਾ ਲਿਖਿਆ ਨਹੀਂ ਸੀ, ਇਹਦੇ 3 ਜਾਂ 4 ਅੰਤਰੇ ਲਿਖੇ ਸੀ। ਮੈਨੂੰ ਮੇਰੇ ਦਿਮਾਗ 'ਚ ਵੀ ਨਾਲ ਦੀ ਨਾਲ ਲਿਖਣਾ, ਸੋ ਮੇਰੀ ਇੱਕ ਹੈਬਿਟ ਆ, ਮੈਂ ਚਾਹ ਬਣਵਾ ਲੈਂਦਾ ਵੀ ਆਹ ਮੁੰਡੇ ਮੇਰੇ ਜਿਹੜੇ ਨਾਲ ਰਹੇ ਨੇ ਅਤੇ ਇਹ ਬੈਠੇ ਰਹੇ ਨੇ, ਫਿਰ ਮੈਂ ਆਪ ਹੀ ਹੈੱਡਫੋਨ ਲਾ ਕੇ ਲੱਗਿਆ ਰਹਿਣਾ। ਇਹ ਸਾਰਾ ਇੱਦਾਂ ਹੀ ਗੁਣਗੁਣਾਇਆ ਹੈ, ਇਹ ਉਸ ਤਰ੍ਹਾਂ ਸਾਰੀ ਕੁਦਰਤੀ ਉਪਜੀ ਹੋਈ ਹੈ। ਓਕੇ, ਇਹ ਜਦੋਂ ਇਤਿਹਾਸ ਪੜ੍ਹਦਾ ਆਪਣੇ ਆਪ ਮਾਨ ਸਾਹਿਬ, ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਨਵੇਂ ਪ੍ਰੋਜੈਕਟ, ਉਹਨਾਂ ਬਾਰੇ ਤੁਸੀਂ ਕੀ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ? ਕਿਉਂਕਿ ਦਰਸ਼ਕਾਂ ਨੂੰ ਹਰ ਵਾਰ ਤੁਹਾਡੇ ਤੋਂ ਕੁਝ ਨਵੇਂ ਦੀ ਉਮੀਦ ਹੁੰਦੀ ਹੈ ਕਿ ਤੁਹਾਡੇ ਜਿੰਨੇ ਵੀ, ਜੇ ਆਪਾਂ ਪਿਛਲੇ 20 ਸਾਲਾਂ ਦੇ ਗਾਣੇ ਚੱਕ ਲਈਏ, ਸਭ ਸਿਚੁਏਸ਼ਨਲ ਗਾਣੇ ਨੇ ਲਗਭਗ, ਕਿ ਇੱਕ ਸਿਚੁਏਸ਼ਨ ਦੇ ਆਧਾਰ ਤੇ ਤੁਸੀਂ ਅਪਡੇਟ ਲਿਖਦੇ ਹੋ, ਸਭ ਨੂੰ ਪਤਾ ਹੈ ਪਹਿਲਾਂ ਨਹੀਂ ਹੋਣੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਬਜੈਕਟ ਹੈ ਜਿੰਨੇ ਤੁਸੀਂ ਸੋਚੀ ਜਾਓਗੇ, ਲਿਖਣ ਵਾਲੇ ਦਾ ਕੰਮ ਹੈ ਲਿਖਣਾ। ਜੇ ਤੁਹਾਨੂੰ ਲਿਖਣਾ ਹੁੰਦਾ ਫਿਰ ਤੁਸੀਂ ਕਿਸੇ ਵੀ ਵਿਸ਼ੇ ਤੇ ਲਿਖ ਸਕਦੇ ਹੋ, ਬਸ਼ਰਤੇ ਕਿ ਤੁਸੀਂ ਕਮਰਸ਼ੀਅਲ ਸੋਚ ਵਾਲੇ ਬੰਦੇ ਨਹੀਂ ਚਾਹੀਦੇ, ਤੁਸੀਂ ਦਿਲਦਾਰ ਚਾਹੀਦੇ ਹੋ। ਬਿਲਕੁਲ, ਜੋ ਤੁਸੀਂ ਦਿਲਦਾਰ ਹੁੰਦੇ ਹੋ ਫਿਰ ਤੁਸੀਂ ਚੰਗੀਆਂ ਚੀਜ਼ਾਂ ਲਿਖਦੇ ਆ। ਮੈਂ ਧਰਨੇ 'ਚ ਵੀ ਰਿਹਾ ਅਤੇ ਮੈਂ ਧਰਨੇ ਬਾਰੇ ਵੀ ਲਿਖਿਆ, ਹਾਂਜੀ, ਬਾਅਦ 'ਚ ਵੀ ਆ ਕੇ ਹੁਣ ਉਹਦੇ ਬਾਰੇ ਵੀ ਗਾਣਾ ਲਿਖਿਆ, ਮੈਂ ਵੇਸਵਾ 'ਤੇ ਵੀ ਇੱਕ ਗਾਣਾ ਲਿਖਿਆ ਹੋਇਆ, ਮੈਂ ਅਲੱਗ ਅਲੱਗ ਵੰਨਗੀਆਂ 'ਚ ਲਿਖਦਾ। ਮੇਨ ਇੱਕ ਕੋਈ ਇਹੋ ਜਿਹਾ ਪਹਿਲੂ ਨਹੀਂ ਜਿਹੜਾ ਮਾਨ ਸਾਹਿਬ ਤੁਸੀਂ ਛੋਇਆ ਨਾ ਹੋਵੇ, ਹਰੇਕ ਪਹਿਲੂ 'ਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਇਹ ਇੱਕ ਮੈਂ ਇਹ ਵੀ ਸੁਣਿਆ ਸੀ ਕਿਸੇ ਇੰਟਰਵਿਊ 'ਚ ਤੁਹਾਡਾ, ਕਿ ਤੁਸੀਂ ਉਮੀਦ ਕਰਦੇ ਕਿਸੀ ਜਿਹੜੇ ਤੁਹਾਡੇ ਨਾਲ ਦੇ ਸਾਥੀ ਕਲਾਕਾਰ ਨੇ ਕਿ ਉਹ ਪਖੰਡਵਾਦ ਅਤੇ ਬਾਬਿਆਂ, ਪਖੰਡੀ ਬਾਬਿਆਂ 'ਤੇ ਕੁਛ ਲਿਖਣ, ਪਰ ਲਿਖਣਗੇ ਕਿਉਂਕਿ ਉਹਨਾਂ ਦੀ ਮਜਬੂਰੀ ਆ ਨਾ। ਹਾਂਜੀ, ਬਹੁਤ ਪਤਾ ਕੀ ਹੁੰਦਾ, ਇੱਕ ਕਮਰਸ਼ੀਅਲ ਜਿਹਾ ਜ਼ਮਾਨਾ ਆ ਗਿਆ ਹੁਣ ਫੇਸਬੁੱਕ 'ਤੇ, ਤੁਸੀਂ ਆਪਣੀ ਤਾਰੀਫ ਤਾਂ ਸੁਣਦੇ ਹੋ ਸਾਰੇ ਹੀ, ਬਿਲਕੁਲ ਜੀ, ਅਤੇ ਜੇ ਤੁਹਾਨੂੰ ਕੋਈ ਮਾੜਾ ਕਹਿੰਦਾ ਤੁਸੀਂ ਉਹ ਨਹੀਂ ਸੁਣਦੇ, ਪਹਿਲਾਂ ਤੁਹਾਨੂੰ ਇਹਦੇ 'ਚ ਲਿਖਣਾ ਪਊਗਾ। ਜਿਹੜਾ ਬੰਦਾ ਕਮੈਂਟ ਪੜ੍ਹਨ ਲੱਗ ਜਾਏ ਨਾ ਉਹ ਬਰਬਾਦ ਹੋ ਜਾਂਦਾ, ਕਮੈਂਟ ਪੜ੍ਹਨ ਵਾਲਾ ਬੰਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋ ਜਾਂਦਾ 6 ਮਹੀਨੇ 'ਚ, ਕਿਉਂਕਿ ਉਹ ਨੈਗੇਟਿਵ ਸੁਣਨ ਦੀ ਆਦਤ ਹੈ, ਉਹਦੇ ਅੰਦਰ ਇੱਕ ਈਗੋ ਹੁੰਦੀ ਹੈ। ਤੁਸੀਂ ਤਾਂ ਪਰੇ ਹੋ ਜਾਓ, ਇਹ ਤੁਹਾਡੀ ਦੁਨੀਆ ਨਹੀਂ, ਤੁਹਾਡਾ ਕੰਮ ਹੈ ਕੰਮ ਕਰਨਾ। ਉਹ ਜਿਹੜੇ ਕਮਰਸ਼ੀਅਲੀ ਐਂਗਲ 'ਤੇ ਸੋਚਦੇ ਉਹਨਾਂ ਨੂੰ ਇਹ ਹੁੰਦਾ ਕਿ ਜੇ ਕੋਈ ਡੇਰੇ ਜਾਣ ਵਾਲਾ ਮੈਨੂੰ ਸੁਣਦਾ ਯਾਰ, ਫਿਰ ਉਹਨੇ ਤਾਂ ਮੈਨੂੰ ਵਿਊ ਨਹੀਂ ਦੇਣਾ। ਮੇਰੇ ਦਿਮਾਗ 'ਚ ਇਸ ਤਰ੍ਹਾਂ ਦੀ ਕੋਈ ਕੋਈ ਥਾਟ ਨਹੀਂ ਹੋਇਆ, ਮੇਰੇ ਬਸ ਨਜ਼ਰ ਗਾ ਜੋ ਮੈਂ ਉਹਦੇ ਬਾਰੇ ਗਾਉਣਾ ਚਾਹੁੰਦਾ। ਜੇ ਕਿਸੇ ਨੂੰ ਨਹੀਂ ਵੀ ਚੰਗਾ ਲੱਗਦਾ ਉਹਦੀ ਸਟ੍ਰੈਸ ਹੈ, ਬਿਲਕੁਲ ਜੀ, ਬਿਲਕੁਲ, ਮੇਰਾ ਜਿਹੜਾ ਕੰਮ ਹੈ ਮੈਂ ਉਹ ਕਰਨਾ, ਔਰ ਗਲਤ ਨੂੰ ਗਲਤ ਕਹਿਣਾ ਇਹ ਸਾਡਾ ਫਰਜ਼ ਹੈ। ਬਿਲਕੁਲ ਰਾਈਟ, ਲੋਕਾਂ ਨੇ ਆਵਾਜ਼ ਦਿੱਤੀ, ਵੈਰੀ ਨਾਈਸ ਯਾਰ, ਫਿਰ ਤੁਸੀਂ ਗਲਤ ਨੂੰ ਗਲਤ ਕਹੋ, ਕਿਉਂਕਿ ਜਿਸ ਤਰ੍ਹਾਂ ਦਾ ਰੱਬ ਲਿਕੁਇਡ ਅਸੀਂ ਭਾਰਤ 'ਚ ਬਣਾਇਆ ਨਾ, ਉੱਦਾਂ ਦਾ ਰੱਬ ਹੈ। ਦੇਖੋ ਆਸਥਾ ਤੁਹਾਡਾ ਨਿੱਜੀ ਫੈਸਲਾ ਹੈ, ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ ਤੁਹਾਡਾ ਵਿਚਾਰ ਹੈ, ਤੁਸੀਂ ਕਿਸ ਨੂੰ ਮੰਨਦੇ ਹੋ ਇਹ ਵੀ ਤੁਹਾਡਾ ਵਿਚਾਰ ਹੈ, ਤੁਸੀਂ ਕਿਉਂ ਮੰਨਦੇ ਹੋ ਇਹ ਵੀ ਤੁਹਾਡਾ ਆਪਣਾ ਵਿਚਾਰ ਹੈ, ਤੁਸੀਂ ਆਪ ਦੀ ਆਸਥਾ ਕਿਸੇ 'ਤੇ ਥੋਪ ਨਹੀਂ ਸਕਦੇ, ਪਰ ਜਿਹੜੇ ਲੌਜੀਕਲ ਜਿਹੜੀਆਂ ਚੀਜ਼ਾਂ ਸਹੀ ਆ ਉਹ ਤੁਸੀਂ ਥੋਪ ਸਕਦੇ ਹੋ, ਤੁਸੀਂ ਕਹਿ ਸਕਦੇ ਵੀ ਗਲਤ ਹੈ ਯਾਰ। ਬਿਲਕੁਲ, ਬਾਬਾ ਨਾਨਕ ਗੁਰੂ ਸਾਹਿਬ ਇਸੇ ਫਲਸਫੇ 'ਤੇ ਚੱਲਿਆ ਨਾ, ਬਿਲਕੁਲ ਗਲਤ ਹੈ ਤਾਂ ਯਾਰ, ਐਡੇ ਬੜੇ ਬ੍ਰਹਿਮੰਡ ਅਜੇ ਤੱਕ ਤਾਂ ਸਾਇੰਸ ਥੋੜ੍ਹੇ ਜਿਹੇ ਗ੍ਰਹਿਆਂ 'ਤੇ ਪਹੁੰਚ ਸਕੀ ਹੈ, ਅਜੇ ਮੇਨ ਇੱਕ ਮਾਰਸ ਲੱਭਿਆ ਜਿੱਥੇ ਬੰਦਾ ਵੱਸ ਸਕਦਾ, ਉਹ ਕਹਿੰਦੇ ਕਿਤੇ ਅੱਗ ਪੈਂਦੀ ਹੈ, ਕਿਤੇ ਐਸਿਡ ਵਰਸਦਾ, ਅਜੇ ਇੱਕ ਗ੍ਰਹਿ ਲੱਭਿਆ ਆਪਾਂ, ਇੱਕ ਗ੍ਰਹਿ ਲੱਭਿਆ, ਅਤੇ ਇਹਨੇ ਕਿੰਨੀ ਦੁਨੀਆ ਮਤਲਬ ਕਿੱਡੀ ਵੱਡੀ ਇੱਕ ਉਹ ਹੈ, ਅਤੇ ਇਹਨੂੰ ਕਿਉਂਕਿ ਇੱਕ ਕੋਈ ਬੰਦਾ ਜਾਂ ਕੋਈ ਇੱਦਾਂ ਇਹਨੂੰ 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 ਚਲਾ ਨਹੀਂ ਸਕਦਾ, ਚਲਾ ਨਹੀਂ ਸਕਦਾ, ਇਸ ਸੁਨਾਮੀ ਨੂੰ ਬੰਦਾ ਰੋਕ ਸਕਦਾ? ਮੈਂ ਤਾਂ ਹੀ ਤਾਂ ਕਿਹਾ ਸੀ ਪੂਜਾ ਨਾ ਕਦੇ ਨਹੀਂ ਸੁਨਾਮੀ ਰੁਕਦੀ, ਨੇਚਰ ਸਿਰਾਂ ਦੇ ਉੱਤੇ ਫਿਰ ਬੁੱਕਦੀ,
ਬਿਲਕੁਲ ਜੀ ਬਿਲਕੁਲ। ਸੋ ਨੇਚਰ ਜਦੋਂ ਰਹਿੰਦੇ ਨੇਚਰ ਬਹੁਤ ਵੱਡੀ ਆ ਜੇ ਸਾਡੀ ਪਹਿਲੀ ਸਿਵਲਾਈਜੇਸ਼ਨ ਹੈ ਅਜੇ ਸੱਤ ਤੋਂ ਅੱਗੇ ਸੱਤ ਹੋਰ ਐਡਵਾਂਸ ਹੈ ਜਿਹੜੀਆਂ ਅੰਦਾਜ਼ਾ ਲਾਉਂਦੇ ਹਾਂ ਸਾਇੰਸਦਾਨ ਕਿ ਸੈਵਨਥ ਜਿਹੜੀ ਸਿਵਲਾਈਜੇਸ਼ਨ ਆ ਉਹ ਇੰਨੀ ਐਡਵਾਂਸ ਆ ਵੀ ਉਹ ਚੁਟਕੀ ਮਾਰਿਆਂ ਗਾਇਬ ਹੋ ਜਾਂਦੀ। ਅੱਜ ਤੱਕ ਉੱਡਣ ਤਸ਼ਤਰੀ ਦੀ ਸਪੀਡ ਨਹੀਂ ਨਾਪ ਸਕੀ ਸਾਇੰਸ ਸਾਡੀ ਇੰਨੀ ਫਾਸਟ ਹੈ। ਬਿਲਕੁਲ। ਸੋ ਮਾਨ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਤੁਹਾਡੀ ਫਿਟਨੈਸ ਦਾ ਰਾਜ ਕੀ ਹੈ? ਮੈਂ ਪਰੌਂਠੇ ਖਾਧੇ ਆ ਹੁਣੇ ਸਿੱਪੀ ਨਾਲ ਮੰਗਾ ਕੇ ਤੇ ਇਹ ਕਹਿੰਦੇ ਸੀ 2 ਵਜੇ ਦਾ ਟਾਈਮ ਹੈ ਤੇ ਪਰੌਂਠੇ ਵਾਲਾ ਸਾਡਾ ਪਹੁੰਚੀ ਨਾ 2:15 ਪਰ ਅਸੀਂ ਫਿਰ ਗੱਡੀ 'ਚ ਰੱਖ ਕੇ ਖਾ ਲਏ, ਕੋਈ ਖਰਾਬ ਨਹੀਂ। ਬਸ ਜੋ ਅਸੀਂ ਪਿੰਡ 'ਚ ਖਾਂਦੇ ਸੀ ਪਰੌਂਠਾ ਮਿਲ ਗਿਆ ਪਰੌਂਠਾ ਖਾ ਲਓ। ਠੀਕ ਹੈ ਜੀ। ਸੀ ਬੰਦੇ ਨੂੰ ਮਤਲਬ ਚੂਜ਼ ਹੀ ਉਹ ਹੁੰਦਾ ਜਿਹਨੇ ਕਦੇ ਪਹਿਲਾਂ ਕੋਈ ਖਾਧਾ ਨਾ ਹੋਵੇ। ਬਿਲਕੁਲ। ਅਸੀਂ ਤਾਂ ਘਰਾਂ ਤੋਂ ਬਾਹਰ ਰਹੇ, ਹੋਸਟਲਾਂ 'ਚ ਰਹੇ, ਸਾਨੂੰ ਅਸੀਂ ਕਿਰਪਾ ਕੁਦਰਤ ਦੀ ਮਤਲਬ ਇਹ ਸਾਰਾ ਕੁਝ ਪੈਸਾ ਦੌਲਤ ਗੱਡੀਆਂ ਕੋਟ ਇਹ ਸਾਨੂੰ ਵਿਰਾਸਤ 'ਚ ਮਿਲੀਆਂ ਸੀ, ਇਹਦਾ ਕੋਈ ਕਰੇਜ਼ ਨਹੀਂ। ਤੇ ਭੋਜਨ ਹੁਣ ਮੈਂ ਇੱਥੇ ਆ ਕੇ ਇਹਨਾਂ ਨੂੰ ਕਹਾਂ ਵੀ ਮੈਨੂੰ ਤਾਂ ਉਹ ਕੋਈ ਸਪੈਸ਼ਲ ਡੱਕ ਲਿਆ ਕੇ ਦਿਓ, ਕੋਈ ਗੱਲ ਨਹੀਂ ਬਣ ਰਹੀ, ਜੋ ਹੈ ਜਿਹੜਾ ਮਿਲ ਗਿਆ ਉਹ ਖਾ ਲਓ ਬਸ। ਬਿਲਕੁਲ। ਚਾਰ ਚਾਰ ਨਾਲ ਹੀ ਵੀਡੀਓ ਆਈ ਸੀ। ਸੋ ਮਾਨ ਸਾਹਿਬ ਬੜੀ ਖੁਸ਼ੀ ਹੋਈ, ਬੜੀ ਦਿਲੋਂ ਸਕੂਨ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਕੇ, ਮੇਰੇ ਦਰਸ਼ਕਾਂ ਨੂੰ ਵੀ ਬਹੁਤ ਖੁਸ਼ੀ ਹੋਈ ਹੋਏਗੀ। ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ? ਪਿਆਰੇ ਸਿੱਧੀ ਸਾਰੇ ਸਿਆਣੇ ਹੋ, ਸਾਤੋਂ ਤੁਹਾਡਾ ਡਾਲਰ ਵੱਡਾ ਸਾਡੇ ਨਾਲ, ਅਸੀਂ ਤੁਹਾਨੂੰ ਕੀ ਮਤ ਦਈਏ, ਸਾਡੇ 40-50 ਤੁਹਾਡਾ 1, ਤੁਸੀਂ ਸਿਆਣੇ ਹੋ ਸਾਤੋਂ। ਔਰ ਬੱਚੇ ਬਹੁਤ ਇੰਟੈਲੀਜੈਂਟ ਹੈ, ਉਹ ਜਿਹੜੇ ਚੱਕਰਵਿਊਹ 'ਚ ਸਾਡੀਆਂ ਜਨਰੇਸ਼ਨਾਂ ਫਸੀਆਂ ਉਹ ਨਿਕਲ ਗਏ ਉਹਦੇ 'ਚੋਂ, ਉਹ ਆਜ਼ਾਦ ਹੋ ਗਏ। ਉਹ ਕਿਸੇ ਬੰਦਿਸ਼ ਨੂੰ ਨਹੀਂ ਮੰਨਦੇ, ਨਾ ਉਹ ਸਮਾਜਿਕ ਬੰਦਿਸ਼ ਨੂੰ ਮੰਨਦੇ ਆ, ਨਾ ਉਹ ਧਾਰਮਿਕ ਬੰਦਿਸ਼ ਨੂੰ ਮੰਨਦੇ ਆ, ਨਾ ਉਹ ਰਾਜਨੀਤਿਕ ਬੰਦਿਸ਼ ਨੂੰ ਮੰਨਦੇ ਆ। ਗੁਲਾਮੀ ਬਹੁਤ ਤਰ੍ਹਾਂ ਦੀ ਹੈ, ਕੁੜੀ ਮਰਜ਼ੀ ਦਾ ਕੱਪੜਾ ਨਹੀਂ ਪਾ ਸਕਦੀ, ਉਹਨੂੰ ਬਦਕਾਰ ਬਣਾ ਦੋਗੇ ਤੁਸੀਂ। ਕੁੜੀ ਫੇਸਬੁੱਕ ਤੇ ਫੋਟੋ ਪਾਉਂਦੀ ਆ, ਥੱਲੇ 250 ਕਮੈਂਟ ਆ ਜਾਂਦਾ, ਚੱਕ ਦੋ ਸੋਹਣੇ ਹੋ ਬੱਲੇ ਵੀ ਦੱਸੋ, ਆਹ ਹਾਲ। ਸੋ ਇੱਥੇ ਤਾਂ ਆਉਂਦੇ ਆ ਲੋਕ, ਇੱਥੇ ਆਜ਼ਾਦੀ ਹੈ, ਬੰਦਾ ਆਜ਼ਾਦ ਰਹਿਣਾ ਚਾਹੁੰਦਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਇਹ ਸੀ ਜੀ ਮਾਨ ਸਾਹਿਬ ਦੀ ਇੰਟਰਵਿਊ, ਜਿਹਦੇ ਵਿੱਚ ਗੱਲਬਾਤ ਕੀਤੀ ਹੈ ਪਹਿਲੇ ਸਟਾਰਟਿੰਗ ਦੇ ਵਿੱਚ ਜੋ ਹਰੀ ਸਿੰਘ ਨਲੂਏ ਦਾ ਇਤਿਹਾਸ। ਸੱਚੀ ਗੱਲ ਹੈ, ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਗਾਣਾ ਵੀ ਜੋ ਇਹੋ ਜਿਹਾ ਨਹੀਂ ਹੋਏਗਾ ਕਿ ਜਿਹੜਾ 23 ਮਿੰਟ ਦਾ ਰਿਕਾਰਡ ਤੋੜ ਸਕੇ। 23 ਮਿੰਟ ਦਾ ਗਾਣਾ ਸੌਖੀ ਗੱਲ ਨਹੀਂ। ਅੱਗੇ ਮਾਨ ਸਾਹਿਬ ਨੇ ਹੀ ਅੱਗੇ ਗੱਲ ਦਿੱਤੀ, ਕਹਿੰਦੇ ਇਤਿਹਾਸ ਬਹੁਤ ਵੱਡਾ ਹੈ, ਮੈਂ ਤਾਂ ਕਹਿ ਲਈਏ 23 ਘੰਟਿਆਂ ਦਾ ਵੀ ਲਿਖ ਦੂੰ ਪਰ ਸੁਣਨ ਵਾਲਾ ਹੋਵੇ। ਤਾਂ ਹੀ ਕਰਕੇ ਕਈ ਗਾਣੇ ਮਾਨ ਸਾਹਿਬ ਦੇ ਜਿਹੜੇ ਹੁੰਦੇ ਨੇ ਬੜੇ ਡੀਪਲੀ ਕਰਕੇ, ਜਿਵੇਂ ਮਾਨ ਸਾਹਿਬ ਨੇ ਇੱਕ ਪੂਜਾ ਅਤੇ ਜਿਹੜੀ ਉਹ ਗਾਣੇ ਦੀ ਲਾਈਨ ਵੀ ਬੋਲੀ ਹੈ। ਗਾਣੇ ਜਿਹੜੇ ਹੈਗੇ ਨੇ ਮਾਨ ਸਾਹਿਬ ਦੇ ਲਿਰਿਕਸ ਨੇ ਉਹ ਬੜੇ ਕਹਿ ਲਈਏ ਕਿ ਡੀਪਲੀ ਹੁੰਦੇ ਨੇ। ਗੱਲ ਚੱਲਦੀ ਅੱਗੇ ਬਾਬਿਆਂ ਦੀ ਅਤੇ ਰੱਬ ਦੀ, ਉਹ ਆਉਣ ਵਾਲੇ ਸਮਾਜ ਦੇ ਵਿੱਚ ਕਹਿ ਲਈਏ ਕਿ ਤੁਹਾਨੂੰ ਹੁਣ ਪਤਾ ਲੱਗ ਹੀ ਜਾਵੇਗਾ ਕਿ ਬਾਬਿਆਂ 'ਤੇ ਵੀ ਮਾਨ ਸਾਹਿਬ ਸੌਂਗ ਲੈ ਕੇ ਆ ਰਹੇ ਨੇ ਜਿਹੜਾ ਸਾਡੇ ਵਿੱਚ ਥੋੜ੍ਹੇ ਟਾਈਮ ਤੱਕ ਸਾਡੇ ਵਿੱਚ ਆ ਜਾਵੇਗਾ। ਅਤੇ ਗੱਲ ਚੱਲਦੀ ਹੈ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਰੱਬ ਬਣਾ ਦਿੱਤਾ ਨਾ, ਉਹ ਅਲੱਗ ਟਾਈਪ ਦਾ ਰੱਬ ਬਣਾ ਦਿੱਤਾ ਕਿ ਉਹਨੂੰ ਉਹਦੀਆਂ ਚਾਪਲੂਸੀਆਂ ਕਰੋਗੇ, ਉਹਦੀ ਲੇਹਲੜੀਆਂ ਕਰੋਗੇ, ਉਹ ਤਾਂ ਮੰਨੇਗਾ। ਕਹਿ ਲਈਏ ਕਿ ਗੁਰਬਾਣੀ ਦੀ ਇੱਕ ਪੰਕਤੀ ਹੈ ਨਾ, ਕਹਿੰਦੇ ਮੱਥੇ ਤਿਲਕ ਹੱਥ ਮਾਲਾ ਬੰਨਾ, ਲੋਗਣ ਰਾਮ ਖਿਲਾਉਣਾ ਜਾਣਾ। ਕਹਿੰਦੇ ਮੱਥੇ 'ਤੇ ਤਿਲਕ, ਹੱਥ 'ਚ ਮਾਲਾ, ਇਹੋ ਜਿਹਾ ਰੱਬ ਬਣਾ ਦਿੱਤਾ ਕਿ ਜਿਵੇਂ ਹੁਣ ਗੁਰੂ ਨਾਨਕ ਦੀਆਂ ਸਾਹਿਬ ਦੀਆਂ ਫੋਟੋਆਂ ਵੀ ਦੇਖਦੇ ਹੋ ਨਾ, ਉਹਦੇ ਵਿੱਚ ਵੀ ਬਾਬੇ ਨਾਨਕੂ ਵਿਹਲੜ ਜਿਹਾ ਬਣਾ ਕੇ ਦਿਖਾ ਦਿੱਤਾ ਕਿ ਐਂ ਹੱਥ ਕੀਤਾ ਹੋਇਆ, ਥੱਲੇ ਫਲ ਫਰੂਟ ਰੱਖੇ ਨੇ, ਭਾਵ ਕਿ ਜਿਹੋ ਜਿਹੇ ਅੱਜ ਦੇ ਬਾਬੇ ਖੁਦ ਬਣਨਾ ਚਾਹੁੰਦੇ ਨੇ ਉਹੋ ਜਿਹਾ ਬਾਬੇ ਨਾਨਕ ਨੂੰ ਵਿਹਲੜ ਬਣਾ ਦਿੱਤਾ। ਯਾਨੀ ਕਿ ਬਾਬਾ ਨਾਨਕ ਇੱਕ ਕਿਰਤ ਕਰਨ ਵਾਲੇ ਬੰਦੇ ਸੀ, ਖੇਤੀਬਾੜੀ ਕਰਨ ਵਾਲੇ ਬੰਦੇ ਸੀ, ਸਾਰੀ ਉਮਰ ਆਪਣੀ ਉਹਨਾਂ ਨੇ ਲਾਈਫ ਜਿਹੜੀ ਹੈ ਕਿ ਪ੍ਰਚਾਰ ਦੇ ਵਿੱਚ ਤੁਰ ਫਿਰ ਕੇ ਆਪਣੇ ਪ੍ਰਚਾਰ ਦੇ ਵਿੱਚ ਗੁਜ਼ਾਰੀ। ਇਹੋ ਜਿਹੀਆਂ ਚੀਜ਼ਾਂ ਕਿ ਅੱਜ ਕੱਲ੍ਹ ਰੱਬ ਨੂੰ
ਇੱਕ ਖਿਲੌਣਾ ਸਮਝ ਲਿਆ ਹੋਇਆ ਕਿ ਰੱਬ ਇਸ ਤਰ੍ਹਾਂ ਦਾ, ਰੱਬ ਆਹ ਕਰੋਗੇ ਤਾਂ ਆਹ ਹੋ ਜਾਊਗਾ, ਆਹ ਕਰੋਗੇ ਤਾਂ ਆਹ ਹੋ ਜਾਊਗਾ। ਪਰ ਗੁਰਬਾਣੀ ਦੇ ਵਿੱਚ ਜਿਹੜੇ ਰੱਬ ਦੀ ਕੀਤੀ ਆ ਉਹ ਇੱਕ ਕੁਦਰਤੀ ਨੈਚੁਰਲ, ਉਸਨੂੰ ਸਮਝਣ ਦੀ ਗੱਲ ਕੀਤੀ ਹੈ ਅਤੇ ਸਮਝ ਕੇ ਉਹਦੇ ਅਕੋਰਡਿੰਗ ਚੱਲਣ ਦੀ ਗੱਲ ਕੀਤੀ ਹੈ। ਸੋ ਬੜੀਆਂ ਸੋਹਣੀਆਂ ਕਹਿ ਲਈਏ ਕਿ ਇੰਟਰਵਿਊ ਦੇ ਵਿੱਚ ਮਾਨ ਸਾਹਿਬ ਦੀਆਂ ਗੱਲਾਂ ਹੋਈਆਂ ਨੇ। ਬਾਕੀ ਜ਼ਿਆਦਾਤਰ ਕਹਿ ਲਈਏ ਸਪਸ਼ਟ ਕਰਨ ਦੀ ਲੋੜ ਹੀ ਨਹੀਂ ਪੈਂਦੀ ਐਕਸਪਲੇਨ ਕਰਨ ਦੀ, ਕਿਉਂਕਿ ਮਾਨ ਸਾਹਿਬ ਆਪਣੀਆਂ ਗੱਲਾਂ ਖੁਦ ਐਕਸਪਲੇਨ ਕਰ ਦਿੰਦੇ ਨੇ ਅਤੇ ਉਹਨਾਂ ਦੇ ਫੈਨ ਦੀ ਸਭ ਤੋਂ ਵੱਡੀ ਇਹ ਗੱਲ ਹੁੰਦੀ ਹੈ ਕਿ ਬਾਈ ਉਹਨਾਂ ਦੀਆਂ ਗੱਲਾਂ ਨੂੰ ਸਮਝਣਾ, ਬਹੁਤ ਤਗੜੀ ਗੱਲ ਹੈ। ਸੋ ਦੱਸਣਾ ਇੰਟਰਵਿਊ ਕਿਵੇਂ ਦੀ ਲੱਗੀ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।